ਨੌਇਡਾ ਤੋਂ ਖਬਰ ਹੈ ਜਿੱਥੋਂ ਦੀ ਇੱਕ ਸੁਸਾਇਟੀ ਦੀ ਚਾਰ ਦਿਵਾਰੀ ਡਿੱਗਣ ਦੇ ਕਾਰਨ ਚਾਰ ਮੌਤਾਂ ਹੋ ਗਈਆਂ ਤਿੰਨ ਇੱਕ ਹੀ ਪਰਿਵਾਰ ਦੇ ਨਾਲ ਸਬੰਧਿਤ ਲੋਕ ਸਨ ਮ੍ਰਿਤਕਾਂ ਦੇ ਵਿੱਚ ਪੱਪੂ ਪੁਸ਼ਪਿੰਦਰ ਪੰਨਾ ਲਾਲ ਤੇ ਅਮਿਤ ਸ਼ਾਮਿਲ ਨੇ ਸਾਰੇ ਨੌਇਡਾ ਦੇ ਰਹਿਣ ਵਾਲੇ ਸਨ ਜਲਵਾਯੂ ਵਿਹਾਰ ਸੈਕਟਰ 21 ਦੀ ਸੁਸਾਇਟੀ ਦੇ ਵਿੱਚ ਇਹ ਹਾਦਸਾ ਵਾਪਰਿਆ ਪੁਲਿਸ ਅਧਿਕਾਰੀਆਂ ਮੁਤਾਬਕ ਚਾਰ ਦਿਵਾਰੀ ਡਿੱਗਣ ਕਾਰਨ 12 ਜਣੇ ਮਲਬੇ ਦੇ ਹੇਠ ਫਸ ਗਏ ਫਾਇਰ ਵਿਭਾਗ ਤੇ ਹੋਰ ਟੀਮਾਂ ਦੇ ਵੱਲੋਂ ਲੋਕਾਂ ਨੂੰ ਫਰਸਟ ایڈ ਦੇਵਾਉਣ ਦੇ ਲਈ ਹਸਪਤਾਲ ਭੇਜਿਆ ਗਿਆ ਯੂਪੀ ਤੋਂ ਸ਼ਰਮਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਨੇ ਸਹਾਰਨਪੁਰ ਦੇ ਵਿੱਚ ਕਬੱਡੀ ਖਿਡਾਰੀਆਂ ਨੂੰ ਪਖਾਨੇ ਵਿੱਚ ਖਾਣਾ ਪਰੋਸਣ ਦੇ ਦੋਸ਼ ੇਠ ਜ਼ਿਲ੍ਹਾ ਖੇਡ ਅਧਿਕਾਰੀ ਅਨਿਮੇਸ਼ ਸਖਸੈਨਾ ਨੂੰ ਮੁਤਲਕ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ ਖੇਡਾਂ ਨਵਨੀਤ ਸੈਗਲ ਨੇ ਦੱਸਿਆ ਕਿ ਅਨਿਮੇਸ਼ ਦੀ ਮੁਤਲੀ ਦੇ ਹੁਕਮ ਤੁਰੰਤ ਲਾਗੂ ਹੋ ਚੁੱਕੇ ਨੇ। ਇਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਯੂਪੀ ਦੀ ਬੀਜੇਪੀ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਈ ਟਵੀਟ ਵੀ ਕੀਤੇ। ਦੂਸਰੇ ਪਾਸੇ ਸੂਬਾ ਸਰਕਾਰ ਨੇ ਏਡੀਐਮ ਵਿੱਤ ਅਤੇ ਮਾਲ ਰਜਨੀਸ਼ ਕੁਮਾਰ ਮਿਸ਼ਨਰ ਨੂੰ ਘਟਨਾ ਦੇ ਜਾਂਚ ਦੇ ਹੁਕਮ ਦੇ ਦਿੱਤੇ। ਖਿਡਾਰੀਆਂ ਨੇ ਤਾਂ ਕਿ ਉਹਨਾਂ ਨੂੰ ਅੱਧ ਪੱਕਿਆ ਖਾਣਾ ਪਰੋਸਿਆ ਜਾ ਰਿਹਾ ਸੀ ਪ੍ਰਬੰਧਕਾਂ ਨੇ ਕਿਹਾ ਕਿ ਥਾਂ ਦੀ ਘਾਟ ਕਾਰਨ ਇਹ ਖਾਣਾ ਪਖਾਨਿਆਂ ਦੇ ਵਿੱਚ ਰੱਖਿਆ ਗਿਆ ਸੀ ਇਸ ਤੋਂ ਸ਼ਰਮਨਾ ਕੀ ਹੋ ਸਕਦਾ ਹੈ ਕਿ ਸੂਬੇ ਦੇ ਲਈ ਖੇਡਣ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਪਖਾਨਿਆਂ ਦੇ ਵਿੱਚ ਰੱਖ ਕੇ ਬਿਠਾ ਕੇ ਅੱਧ ਪੱਕਿਆ ਖਾਣਾ ਖਵਾਇਆ ਜਾ ਰਿਹਾ ਹੈ ਈਰਾਨ ਤੋਂ ਖਬਰ ਹੈ ਜਿੱਥੇ ਤਹਿਰਾਨ ਦੇ ਵਿੱਚ ਪੁਲਿਸ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ 5 ਜਣਾਂ ਦੀ ਮੌਤ ਹੋ ਗਈ 80 ਜਣੇ ਜ਼ਖਮੀ ਹੋ ਗਏ ਇਹ ਪ੍ਰਦਰਸ਼ਨ ਦੇਸ਼ ਦੇ ਪੱਛਮੀ ਇਲਾਕੇ ਦੇ ਵਿੱਚ ਕੀਤਾ ਗਿਆ ਖੇਤਰ کوردستان ਵਜੂਦ ਜਾਣਿਆ ਜਾਂਦਾ ਹੈ ਇੱਥੋਂ ਦੇ ਲੋਕ ਕਈ ਸਾਲਾਂ ਤੋਂ ਵੱਖਰੇ ਦੇਸ਼ ਦੀ ਮੰਗ ਕਰ ਰਹੇ ਨੇ ਪੁਲਿਸ ਨੇ 22 ਸਾਲਾ ਮਹਿਸਾ ਅਮੇਨੀ ਨੂੰ ਹਿਰਾਸਤ ਵਿੱਚ ਲਿਆ ਸੀ ਗੁਰਦਮੂਲ ਦੀ ਲੜਕੀ ਹਿਰਾਸਤ ਦੌਰਾਨ ਕੋਮਾ ਦੇ ਵਿੱਚ ਚਲੀ ਗਈ ਸੀ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਔਰਤਾਂ ਦਾ ਗੁੱਸਾ ਭੜਕਿਆ ਹੋਇਆ ਹੈ ਹਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਨੇ ਉਹਨਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਇਮਰਾਨ ਹਾਸ਼ਮੀ ਦੀ ਫਿਲਮ ਗਰਾਊਂਡ ਜ਼ੀਰੋ ਦੀ ਸ਼ੂਟਿੰਗ ਵੇਲੇ ਉਸਤੇ ਪਥਰਾ ਕੀਤਾ ਗਿਆ ਜਿਸ ਵਿੱਚ ਇਮਰਾਨ ਜ਼ਖਮੀ ਹੋ ਗਿਆ ਇਹ ਵੀ ਦੱਸਿਆ ਕਿ ਪੁਲਿਸ ਨੇ ਪਥਰਾ ਕਰਨ ਦੇ ਦ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਪਰ ইমরান ਹਾਸ਼ਵੀ ਨੇ ਇਹਨਾਂ ਸਾਰੀਆਂ ਖਬਰਾਂ ਨੂੰ ਝੂਠਾ ਦੱਸਿਆ ਹੈ ਕਿਉਂਕਿ ਖਬਰਾਂ ਦੇ ਵਿੱਚ ਤਾਂ ਇਹ ਵੀ ਦੱਸਿਆ ਗਿਆ ਕਿ ইমরান ਹਾਸ਼ਵੀ ਜ਼ਖਮੀ ਹੋ ਗਿਆ ਜਦੋਂ ਪੈਲਖਾਂ ਪੈਲਗਾਮ ਇਲਾਕੇ ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸਦੇ ਨੇ ਹਾਂ ਗੁਜਰਾਤ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪ੍ਰਚਾਰ ਕਰਨ ਦੇ ਲਈ ਪਹੁੰਚੇ ਹੋਏ ਸਨ ਪਰ ਉਸ ਵੇਲੇ ਕਿਰਕਰੀ ਹੋ ਗਈ ਜਦੋਂ ਕੇਜਰੀਵਾਲ ਦੇ ਗੁਜਰਾਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕ ਵਿੱਚ ਨਾਰੇਬਾਜ਼ੀ ਕੀਤੀ ਗਈ ਕੇਜਰੀਵਾਲ ਨੇ ਦਾਵਾ ਕੀਤਾ ਕਿ ਜਦੋਂ ਵੀ ਕਾਂਗਰਸੀ ਲੀਡਰ ਰਾਹੁਲ ਗਾਂਧੀ ਗੁਜਰਾਤ ਦਾ ਦੌਰਾ ਕਰਦੇ ਨੇ ਤਾਂ ਭਾਜਪਾ ਦੇ ਸਮਰਥਕ ਰਾਹੁਲ ਦੇ ਖਿਲਾਫ ਨਾਰੇਬਾਜ਼ੀ ਨਹੀਂ ਕਰਦੇ ਉਹਨਾਂ ਕਿਹਾ ਕਿ ਭਾਜਪਾ ਤੇ ਕਾਂਗਰਸੀ ਸਮਰਥਕ ਮੈਨੂੰ ਯਾਨੀ ਕਿ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਨ ਵੇਲੇ ਇਕਜੁੱਟ ਹੋ ਜਾਂਦੇ ਨੇ ਕੇਜਰੀਵਾਲ ਨੇ ਦੱਸਿਆ ਕਿ ਜਦੋਂ ਵਡੋਦਰਾ ਹਵਾਈ ਅੱਡੇ ਦੇ ਪਹੁੰਚੇ ਤਾਂ 30-40 ਵਿਅਕਤੀਆਂ ਨੇ ਉਹਨਾਂ ਦੇ ਸਾਹਮਣੇ ਹੀ ਮੋਦੀ ਮੋਦੀ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਕੇਜਰੀਵਾਲ ਨੇ ਦਾਵਾ ਕੀਤਾ ਕਿ ਹਾਲਾਤ ਤਾਂ ਇਹ ਬਣੇ ਹੋਏ ਨੇ ਕਿ ਗੁਜਰਾਤ ਦੇ ਵਿੱਚ ਭਾਜਪਾ ਸੰਕਟ ਪਰ ਇੱਥੇ ਅਜੇ ਹੀ ਡਰਾਮੇ ਕੀਤੇ ਜਾ ਰਹੇ ਨੇ ਕਸ਼ਮੀਰ ਤੋਂ ਖਬਰ ਹੈ ਜਿੱਥੇ ਤਿੰਨ ਦਿਹਾੜੀਆਂ ਬਾਅਦ ਮਲਟੀਪਲੈਕਸ ਖੁੱਲ ਗਿਆ ਹੈ ਇਸ ਦਾ ਉਦਘਾਟਨ ਉਪਰਾਜਪਾਲ ਮਨੋਜ ਸਨਹਾਨੀ ਕੀਤਾ ਇਸ ਮਲਟੀਪਲੈਕਸ ਦੇ ਵਿੱਚ ਅਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ ਦਿਖਾਈ ਜਾ ਰਹੀ ਹੈ ਜੋ ਉਪਰਾਜਪਾਲ ਵੀ ਦੇਖ ਰਹੇ ਸਨ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਸਿਨੇਮਾ ਤੇ ਮਲਟੀਪਲੈਕਸ ਖੋਲਣ ਦੀ ਯਤਨ ਹੋਏ ਪਰ ਇਸ ਨੂੰ ਅਸਲੀ ਜਾਮਾ ਮੰਗਲਵਾਰ ਨੂੰ ਪਹਿਨਾਇਆ ਗਿਆ ਜੰਮੂ ਕਸ਼ਮੀਰ ਦੇ ਵਿੱਚ ਜਿੱਥੇ ਦਿਹਾੜੀਆਂ ਬਾਅਦ ਮਲਟੀਪਲੈਕਸ ਖੁੱਲਿਆ ਹੈ ਉਸ ਮੁੱਦੇ ਤੇ ਸਵਾਲ ਪੁੱਛਿਆ ਹੈ ਅਸਾਉਦੀਨ ਓਵੈਸੀ ਨੇ ਅਸਾਉਦੀਨ ਓਵੈਸੀ ਨੇ ਰਾਜਪਾਲ ਮਨੋਜ ਨਹੀਂ ਹਾਂ ਤੋ ਸਵਾਲ ਪੁੱਛਿਆ ਹੈ ਕਿ ਤੁਸੀਂ ਸ਼ੋਪੀਆਂ ਤੇ ਪੁਲਵਾਮਾਂ ਦੇ ਵਿੱਚ ਸਿਨੇਮਾ ਹਾਲ ਤੱਕ ਖੋਲ ਦਿੱਤੇ ਨੇ ਪਰ ਸ਼੍ਰੀਨਗਰ ਜਾਮੀਆਂ ਮਸਜਿਦ ਹਰੇਕ ਸ਼ੁੱਕਰਵਾਰ ਨੂੰ ਕਿਉਂ ਬੰਦ ਰਹਿੰਦੀ ਹੈ ਘੱਟੋ ਘੱਟ ਇਸ ਨੂੰ ਸ਼ੁੱਕਰਵਾਰ ਦੇ ਮੈਟਨੀ ਸ਼ੋਅ ਦੇ ਦੌਰਾਨ ਤਾਂ ਬੰਦ ਨਾ ਕਰਿਆ ਕਰੋ ਯਾਨੀ ਕਿ ਅਸਾਉਦ ਦਿਨ ਉਹ ਵੈਸੀ ਜਿਹੜੇ ਕਿ ਏਆਈ ਐਮਆਈਐਮ ਦੇ ਮੁਖੀ ਨੇ ਉਹਨਾਂ ਨੇ ਸਵਾਲ ਪੁੱਛਿਆ ਕਿ ਮਲਟੀਪਲੈਕਸ ਤਾਂ ਖੋਲ ਦਿੱਤੇ ਮਸਜਿਦਾਂ ਕਿਉਂ ਬੰਦ ਰੱਖੀਆਂ ਨੇ ਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਲੀਡਰ ਮਹਿਬੂਬਾ ਮੁਫਤੀ ਦੇ ਇੱਕ ਬਿਆਨ ਦੇ ਨਾਲ ਕਸ਼ਮੀਰ ਦੇ ਵਿੱਚ ਫਿਰ ਤੋਂ ਸਿਆਸੀ ਪਾਰਾ ਹੋ ਗਿਆ ਹੈ ਮੁਫਤੀ ਨੇ ਸਕੂਲਾਂ ਦੇ ਵਿੱਚ ਹੋਣ ਵਾਲੀ ਪ੍ਰਾਰਥਨਾ ਦੇ ਵਿੱਚ ਰਗੂਪਤੀ ਰਾਗਵ ਰਾਜਾ ਰਾਮ ਨੂੰ ਲਾਗੂ ਕਰਨ ਤੇ ਸਵਾਲ ਚੁੱਕੇ ਨੇ ਅਤੇ ਇਸ ਨੂੰ ਬੀਜੇਪੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ ਮਹਿਬੂਬਾ ਮੁਫਤੀ ਨੇ ਸਕੂਲ ਦੇ ਵਿੱਚ ਪ੍ਰਾਰਥਨਾ ਕਰਦੇ ਹੋਏ ਵਿਦਿਆਰਥੀਆਂ ਦਾ ਅਤੇ ਅਧਿਆਪਕਾਂ ਦਾ ਇੱਕ ਵੀਡੀਓ ਵੀ ਟਵੀਟ ਕੀਤਾ ਹੈ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਹ ਹੁਣ ਸਾਡੇ ਮਜ਼ਹਬ ਦੇ ਉੱਤੇ ਸਾਡੇ ਧਰਮ ਦੇ ਉੱਤੇ ਸਿੱਧਾ ਹਮਲਾ ਹੈ ਤੇ ਸਕੂਲਾਂ ਦੇ ਰਾਹੀਂ ਹਮਲਾ ਕੀਤਾ ਜਾ ਰਿਹਾ ਹੈ